Thank you.
ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਸ੍ਰੀ ਠਹਿ ਸਤਿ ਜਾਏ ਤੇਗ ਬਹਾਦਰ ਸਿਮਰਿਆ ਘਰ ਨਾਨਕ ਆਵੈ ਧਾਏ ਸਭ ਥਾਈ ਹੁਣ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੁਣ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਠ ਦੀਦਾਰ ਦਾ ਧਿਆਨ ਰੱਖੇ ਬੋਲੋ ਜੀ ਆਤਮ ਵੀ ਸ੍ਰੀ ਗੁਰੂ ਨੂੰ ਬਖਸ਼ਿਸ਼ ਕਰਨੇ ਚਰਨਾਂ ਵਿੱਚ ਨਿਵਾਸ ਬਖਸ਼ਿਸ਼ ਕਰਨਾ ਜਨਮਾਂ ਤੋਂ ਰਹਿਤ ਕਰਨਾ ਪਰਿਵਾਰ ਵੀ ਸੁੱਖ ਸ਼ਾਂਤੀ ਤੰਦਰੁਸਤੀਆਂ ਬਖਸ਼ਿਸ਼ ਕਰਕੇ ਨਿਹਾਲ ਕਰਨਾ ਦੁੱਖਾਂ ਦੇ ਨਾਸ ਕਰਕੇ ਸੁੱਖਾਂ ਦੀ ਪ੍ਰਵੇਸ਼ ਕਰਨੇ ਚੜ੍ਹਦੀ ਕਲਾ ਰੱਖਣੀ ਅਰਮਦਾਨੇ ਵੀ ਬਖਸ਼ਿਸ਼ ਕਰਨੇ ਸਤਿਗੁਰੂ ਜੀ ਆਏ ਸੰਗਤ ਦਾ ਦੇਰ ਫੁੱਲ ਭੇੜਾਂ ਕਰਦੇ ਪ੍ਰਵਾਨ ਕਰਨਾ ਕਦਮ ਕਦਮ ਲੇਖੀ ਵਿਚਰਾਉਣਾ ਸਤਿਗੁਰੂ ਜੀ ਖਾਵੇ ਕਰਜੇ ਰਲ ਮਿਲ ਭਾਏ ਤੋੜਨਾ ਆਵੇ ਮੱਧ ਦੋ ਜਾਈ ਸਤਿਗੁਰੂ ਜੀ ਲੰਗਰ ਦੇ ਭੰਡਾਰੇ ਤਿਆਰ ਹੋ ਕੇ ਹਾਜ਼ਰ ਹੋਏ ਦਰ ਪ੍ਰਵਾਨ ਕਰੋ ਜੀ ਸੰਗਤ ਵਿੱਚ ਵਰਤਾਉਣ ਦੀ ਆਗਿਆ ਹੋਵੇ ਸਤਿਗੁਰੂ ਜੀ ਕਿਰਪਾ ਕਰੋ ਜੇ ਪਵਿੱਤਰ ਹੁਕਮਨਾਮੇ ਬਖਸ਼ਿਸ਼ ਕਰਕੇ ਸੰਗਤ ਨੂੰ ਨਿਹਾਲ ਕਰਵਾ ਚਲਾਇਓ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਆ ਗੁਰੂ ਗ੍ਰੰਥ ਜੀ ਮਾਨਿਆ ਪ੍ਰਗਟ ਕਰਾਂਗੇ ਜੋ ਪ੍ਰਭ ਕੋ ਮਿਲਣਾ ਵਾਰ ਹੋਏ ਸਾ ਮਿਲਾਂਗੇ ਬਜੇ ਸ਼ਰਨ ਜੋ ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਜੋ ਸਰਦਾ ਕਰ ਸੇਵਦ ਗੁਰ ਮਾਰਿਓ ਬੋਲੇ ਔਖੇ ਘੜੇ ਨਾ ਦੇਖਣ ਦੇ ਆਪਣਾ ਬਿਰਧ ਸੰਭਾਲੇ ਔਖੇ ਘੜੇ ਨਾ ਦੇਖਣ ਦੇ ਆਪਣਾ ਬਿਰਧ ਸੰਭਾਲੇ ਆਪ ਦੇ ਰੱਖ ਆਪਣੇ ਦਾ ਫਰੀਦਾ ਦਰਿਆਵੇ ਕੰਨੇ ਬੰਗਲਾ ਬੈਠਾ ਕੇਲ ਕਰੇ ਕੇਲ ਕਰਿੰਦੇ ਹੰਜ ਨੂੰ ਅਚਿੰਤੇ ਬਾਜ ਪੈ ਕਿਸ ਰੱਬ ਦੇ ਕੀਲਾਂ ਵਿਸਰੀਆਂ ਜੋ ਮਨ ਚੇਤਨ ਚੇਤੇ ਸਨ ਸਾਹੀ ਗੱਲੀ ਰੱਬ ਕੀਆਂ ਅੱਜ ਅਸੀਂ ਸਾਰੇ ਗਮਗੀਨ ਹਿਰਦੇ ਦੇ ਵਿੱਚ ਬਹੁਤ ਹੀ ਸਤਿਕਾਰਯੋਗ ਮਹਿਨਾਜ ਸ਼ਖਸੀਅਤ ਗੁਰਮੇਜ ਸਿੰਘ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਵਾਸਤੇ ਛੋਟੇ ਵੀਰ ਸਾਹ ਗੁਰਮੇਜ ਸਿੰਘ ਜੀ ਵਿੱਚ ਅੰਤਮ ਅਰਦਾਸ ਵਿੱਚ ਸ਼ਾਮਿਲ ਹੋਣ ਲਈ ਆਏ ਗੁਰੂ ਪਿਆਰੇ ਗੁਰੂ ਸਵਾਰੀ ਗੁਰੂ ਸਾਧਸੰਗ ਜੀ ਸਰਦਾਰ ਗੁਰਮੇਜ ਸਿੰਘ ਜੀ ਬੇਵਕਤ ਮੌਤ ਦਾ ਜਿੱਥੇ ਰਿਸ਼ਤੇਦਾਰਾਂ ਨੂੰ ਬੜਾ ਦੁੱਖ ਹੈ ਉੱਥੇ ਉਹਨਾਂ ਦੇ ਬੱਚਿਆਂ ਨੂੰ Thank you.
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।
सतगुर फरमाते ने सतगुर पाने अपने
ਵਹਿ ਪਰ ਕਾਜ ਰਚਾਇਆ ਮਤ ਕੋਈ ਪਿੱਛੇ ਰੋਸੀ ਸੋ ਮੈਂ ਬੋਲਣਾ। ਸਤਿਗੁਰੂ ਸਮਝਾਉਣਾ ਕਰਦੇ ਨੇ ਮਨੁੱਖ ਨੂੰ ਜੋ ਜੋ ਸੋ ਬਿਨ ਸਾਹਿਬ ਪਰੋ ਆਜ ਕੇ ਕਾਲ ਨਾਨਕ ਹਰ ਗੁਣ ਗਾਏ ਲਈ ਛਾੜ ਸੱਲਾ ਦਿੱਤਾ। ਅੱਜ ਬਹੁਤ ਹੀ ਦੁੱਖਦਾਈ, ਖਾਸ ਕਰਕੇ ਮੈਂ ਆਪਣੇ ਆਪ ਨੂੰ ਅਤੇ ਆਪਣੇ ਪਰਿਵਾਰ ਨੂੰ ਇਸ ਬੜੇ ਦੁਖੀ ਹਿਰਦੇ ਨਾਲ ਜਦੋਂ ਮੈਂ ਦੇਖ ਰਿਹਾ ਅਤੇ ਦਰਸ਼ਨ ਕਰ ਰਿਹਾ, ਅਤੇ ਕਿਉਂਕਿ ਮੈਨੂੰ ਇੰਝ ਲੱਗ ਰਿਹਾ ਹੈ ਕਿ ਮੇਰਾ ਛੋਟਾ ਵੀਰ ਜਿਸਦੀ ਸ਼ਾਦੀ ਵੀ ਮੇਰੇ ਤੋਂ ਬਾਅਦ ਅਤੇ ਅਸੀਂ ਇਹਨਾਂ ਦੀਆਂ ਹੋਰਨਾਂ ਸ਼ਾਦੀ ਦੀਆਂ ਰਸਮਾਂ ਵਿੱਚ ਸ਼ਾਮਿਲ ਹੋਏ ਅਤੇ ਅੱਜ ਅਸੀਂ ਉਹਨਾਂ ਦੀ ਅੰਤਿਮ ਅਰਦਾਸ ਸਾਡੇ ਤੋਂ ਪਹਿਲਾਂ ਅਤੇ ਅਸੀਂ ਉਹਦੀ ਅੰਤਿਮ ਅਰਦਾਸ ਵਿੱਚ ਬੋਲ ਰਹੇ ਹਾਂ। ਬਹੁਤ ਦੁੱਖ ਦੀ ਗੱਲ ਹੈ, ਅਸਹਿ ਅਤੇ ਕਹਿ ਪਾਉਣਾ, ਕਿਉਂਕਿ ਇਹ ਪਰਿਵਾਰ ਸੱਚ ਦੀ ਕਿਰਤ ਕਰਨ ਵਾਲਾ ਪਰਿਵਾਰ। ਸਾਗਰ ਮੇਰ ਸਿੰਘ ਜੀ ਨੇ ਦਸਾਂ ਨੌ ਦੀ ਘਾਲ ਕਮਾਈ ਕੀਤੀ ਔਰ ਉਸ ਕਿਰਤੇ ਵਿੱਚੋਂ ਆਪਣੇ ਸਪੁੱਤਰਾਂ ਨੂੰ ਕਾਕਾ ਅਚਦੇਵ ਦੋਨਾਂ ਸਪੁੱਤਰਾਂ ਨੂੰ ਬੜੀ ਹੀ ਮਿਹਨਤ ਨਾਲ ਜਿੱਥੇ ਪੜ੍ਹਾਇਆ ਲਿਖਾਇਆ ਉੱਥੇ ਯਤਨ ਕਰਕੇ ਪ੍ਰਦੇਸ਼ਾਂ ਦੇ ਵਿੱਚ ਰੋਜ਼ੀ ਰੋਟੀ ਕਮਾਉਣ ਨੂੰ ਭੇਜੇ। ਪਵਿੱਤਰ ਚੰਨਾਂ ਦੇ ਵਿੱਚ ਬੈਠੀ ਪਿਆਰੀ ਸਤਸੰਗ ਜੀ, ਆਓ ਫਤਿਹ ਬੁਲਾਈਏ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਰਦਾਰ ਕਮੇਸ਼ ਸਿੰਘ ਦੀ ਬੇਵਕਤ ਮੌਤ ਦਾ ਜਿੱਥੇ ਰਿਸ਼ਤੇਦਾਰਾਂ ਨੂੰ ਬੜਾ ਦੁੱਖ ਹੈ, ਉੱਥੇ ਉਹਨਾਂ ਦੇ ਬੱਚਿਆਂ ਨੂੰ, ਉੱਥੇ ਉਹਨਾਂ ਦੇ ਵੱਡੇ ਭਾਈ ਸਰਪੰਚ ਸਾਹਿਬ, ਜਦੋਂ ਇੱਕ ਭਰਾ ਵਿਛੜਦਾ ਹੈ, ਮੈਂ ਤਾਂ ਸਮਝਦਾ ਹੁੰਦਾ ਸੀਗਾ ਇਹ ਦੋਨੋਂ ਭਰਾ ਰਾਮ ਅਤੇ ਲਕਸ਼ਮਣ ਦੀ ਜੋੜੀ ਹੈ, ਬੜਾ ਇਹਨਾਂ ਦਾ ਪਿਆਰ ਸੀਗਾ। ਉੱਥੇ ਸ਼ਿੰਦਰਪਾਲ ਅਤੇ ਸਾਡਾ ਬੱਚਾ ਰਾਜਾ, ਇਹਨਾਂ ਨੂੰ ਵੀ ਬੜਾ ਸਦਮਾ ਪਹੁੰਚਿਆ ਹੈ। ਮਾਂ ਭਾਵੇਂ ਬੱਚੇ ਨੂੰ ਜਨਮ ਦਿੰਦੀ ਹੈ, ਆਪਣੇ ਖੂਨ ਨਾਲ ਸਿਜਣਾ ਕਰਦੀ ਹੈ, ਪਰ ਹੁੰਦਾ ਪਿਓ ਵੀ ਰੱਬ ਦਾ ਰੂਪ ਹੈ, ਕਿਉਂਕਿ ਪਿਓ ਇੱਕ ਨਿੰਮ ਦੇ ਦਰਖਤ ਦਾ ਕੰਮ ਕਰਦਾ ਹੈ। ਪਿਤਾ ਭਾਵੇਂ ਨਿੰਮ ਦਾ ਦਰਖਤ, ਭਾਵੇਂ ਉਹਦੇ ਪੱਤੇ ਕੌੜੇ ਹੁੰਦੇ ਹਨ, ਪਰ ਛਾਂ ਬੜੀ ਸੰਘਣੀ ਹੁੰਦੀ ਹੈ ਅਤੇ ਠੰਡੀ ਹੁੰਦੀ ਹੈ। ਇਸ ਕਰਕੇ ਸਮਾਜ ਦੇ ਵਿੱਚ ਪਿਤਾ ਇੱਕ ਬਹੁਤ ਵੱਡਾ ਯੋਗਦਾਨ ਹੈ, ਜਿੱਥੇ ਬੱਚੇ ਨੂੰ ਪੜ੍ਹਾਉਂਦਾ ਹੈ, ਐਜੂਕੇਸ਼ਨ ਦਿੰਦਾ ਹੈ ਔਰ ਆਪਦੀ ਉਂਗਲੀ ਫੜ ਕੇ ਉਹਨਾਂ ਨੂੰ ਬਿਜ਼ਨਸ ਜਾਂ ਕੰਮ ਕਾਰ 'ਤੇ ਦਿੰਦਾ ਹੈ। ਸਾਹਿਬ ਗੁਰਮੇਜ ਸਿੰਘ ਉਹਨਾਂ ਨੇ ਜਿੱਥੇ ਇੱਕ ਬਹੁਤ ਵਧੀਆ ਅਦਾਰਾ ਬੱਚਿਆਂ ਨੂੰ ਸਿੱਖਿਆ ਦੇਣ ਦਾ ਖੋਲ੍ਹਿਆ ਹੈ। ਅਸੀਂ ਲੋਕ ਦੁਨੀਆਂ 'ਤੇ ਭਾਵੇਂ ਰਹੀਏ ਨਾ ਰਹੀਏ, ਪਰ ਇਹ ਹਜ਼ਾਰਾਂ ਸਾਲ ਚੱਲੇਗਾ ਅਦਾਰਾ।